ਸੰਤ ਬਾਬਾ ਹੰਸਰਾਜ ਮਹਾਰਾਜ ਕੀ ਜੈ ਜੋ ਬੋਲੇ ਈਸੋ ਨਿਰਭੈ ਸਮੂਹ ਭੇ ਭਗਵਾਨ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਧ ਸੰਗਤਾਂ ਅੱਜ ਧੰਨ ਧੰਨ ਡੇਰਾ 108 ਸੰਤ ਬਾਬਾ ਹੰਸਰਾਜ ਜੀ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਤੀਰਥ ਸਥਾਨ ਸੱਚਖੰਡ ਪਾਂਡਵਾ ਵਿਖੇ ਪਹੁੰਚੇ ਹੋ। ਮੈਂ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਮੁੱਖ ਸੰਚਾਲਕ ਬਹੁਤ ਹੀ ਸਤਿਕਾਰਯੋਗ ਪਰਮ ਪੂਜਨੀ ਹੈ ਪਰਮ ਪੂਜਨੀਕ ਗੁਰੂ ਪਿਤਾ ਔਰ ਗੁਰੂ ਮਾਤਾ ਸ਼੍ਰੀਮਾਨ ਅਕਸ਼ਵਰ ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਸ਼੍ਰੀਮਾਨ ਅਕਸ਼ਵਰ ਸੰਤ ਬੀਬੀ ਬਿਮਲਾ ਰਾਣੀ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਹਾਂ ਔਰ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਅੱਜ ਜਿਸ ਸਥਾਨ 'ਤੇ ਤੁਸੀਂ ਖੜ੍ਹੇ ਹੋ ਤੁਸੀਂ ਸਾਰੀਆਂ ਸੰਗਤਾਂ ਨੇ ਮਹਾਂਪੁਰਖਾਂ ਦੇ ਤਪ ਸਥਾਨਾਂ 'ਤੇ ਆ ਕੇ ਮੱਥਾ ਟੇਕਣਾ ਕੀਤਾ ਆ। ਮੈਂ ਸਾਰੀ ਸੰਗਤ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਇਹ ਜੋ ਸਥਾਨ ਹੈ ਇਹ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦਾ ਲੁਕਣ ਮਚਾਈ ਸਥਾਨ ਆ। ਜਦੋਂ ਬਾਬਾ ਹੰਸਰਾਜ ਜੀ 4 ਤੋਂ 5 ਸਾਲ ਦੇ ਸਨ ਸਰੀਰ ਕਰਕੇ ਸਨ 1967 ਦੀ ਗੱਲ ਆ, ਅਤੇ ਉਸ ਸਮੇਂ ਆਹ ਜਿਹੜੇ ਜਿੱਥੇ ਆ ਸਕੂਲ ਬਣਿਆ ਸ਼੍ਰੀ ਗੁਰੂ ਰਵਿਦਾਸ ਮਾਡਲ ਸਕੂਲ ਵੀ ਵਿੱਚ ਚੱਲ ਰਿਹਾ ਆ। ਆਹ ਪਿਛਲੀ ਸਾਈਡ ਬਣਿਆ ਤੁਹਾਡੇ ਉੱਪਰ ਥੱਲੇ ਕਮਰੇ, ਇਹ ਜਿਹੜਾ ਆਪਣੇ ਸਤਸੰਗ ਭਵਨ ਆ ਬਾਬਾ ਜੀ ਲੋਕਲ ਮਚਾਈ ਸਥਾਨ, ਇੱਧਰ ਜਿੰਨਾ ਵੀ ਜੋ ਕੁਛ ਵੀ ਹੈ ਸਰੋਵਰ ਸਾਹਿਬ, ਇਹ ਉਸ ਸਮੇਂ ਸਾਰੇ ਖੇਤ ਸੀ ਸਾਡੇ ਪਿੰਡ ਦੇ, ਜਿਹੜੇ ਜ਼ਿਮੀਦਾਰ ਸੀ ਕਿਸਾਨ ਸੀ ਉਹਨਾਂ ਦੇ ਖੇਤ ਸੀਗੇ। ਅਤੇ ਬਾਬਾ ਹੰਸਰਾਜ ਜੀ ਜਦੋਂ ਇੱਧਰ ਪਿਛਲੇ ਪਾਸੇ ਇੱਕ ਬੰਨਾ ਪੈਂਦਾ ਸੀ ਬਾਬਾ ਜੀ ਦੇ ਨਾਲ ਜੰਗਲ ਪਾਣੀ ਆਇਆ ਕਰਦੇ ਸੀ, ਤਾਂ ਇੱਕ ਦਿਨ ਕਹਿਣ ਲੱਗੇ ਕਿ ਇੱਥੇ ਆਪਾਂ ਲੁਕਣ ਮਿੱਚੀ ਖੇਡਣਾ ਆ। ਦਸੀ ਦਸੀ ਦੀ ਸ਼ਰਤ, ਪਹਿਲਾਂ ਤੁਸੀਂ ਲੁਕਣਾ ਫਿਰ ਕਹਿੰਦੇ ਅਸੀਂ ਲੁਕਣਾ ਆ, ਅੱਖਾਂ ਮੀਟ ਲੈਣੀਆਂ, ਆਵਾਜ਼ ਲਾਉਣੀ ਵੀ ਸਾਨੂੰ ਲੱਭ ਲਓ। ਜਦੋਂ ਬਾਬਾ ਹੰਸਰਾਜ ਜੀ ਨੇ ਲੁਕਣਾ ਅਤੇ ਡੇਢ ਘੰਟਾ, ਇਹ ਲਗਭਗ 10 ਖੇਤ ਪੈਂਦੇ ਆ, ਪਿਛਲੇ ਪਾਸੇ ਵੀ ਖੇਤ ਆ, ਇੱਧਰ ਆਪਣੀ ਡੇਰੇ ਦੀ ਪਿੱਛੇ ਜ਼ਮੀਨ ਆ, ਅਤੇ ਇਹਨਾਂ ਖੇਤਾਂ ਦੇ ਵਿੱਚ ਡੇਢ ਘੰਟਾ 2-2 ਘੰਟੇ ਲੱਭਦੇ ਰਹਿੰਦੇ ਸੀ, ਅਤੇ ਬਾਬਾ ਹੰਸਰਾਜ ਜੀ ਕਿਤੇ ਵੀ ਲੱਭਦੇ ਨਹੀਂ ਸੀ ਹੁੰਦੇ। ਅਤੇ ਜਦੋਂ ਬਾਬਾ ਜੀ ਨੇ ਸੰਤ ਬਾਬਾ ਮਹਿੰਦਰਪਾਲ ਮਹਾਰਾਜ ਜੀ ਨੇ ਸਾਰਿਆਂ ਨੇ ਕਹਿਣਾ ਵੀ ਬਾਬਾ ਜੀ ਅਸੀਂ ਹਾਰ ਗਏ, ਤੁਸੀਂ ਕਿੱਥੇ ਆ, ਤਾਂ ਬਾਬਾ ਜੀ ਨੇ ਪ੍ਰਤੱਖ ਸਾਹਮਣੇ ਦਰਸ਼ਨ ਦੇ ਕੇ ਲੱਤਾਂ ਨੂੰ ਫੜ ਕੇ ਝਝੂੜਾ ਦੇਣਾ, ਕਹਿਣਾ ਅਸੀਂ ਤੁਹਾਡੇ ਕੋਲ ਸੀ ਤੁਹਾਨੂੰ ਪਤਾ ਨਹੀਂ ਲੱਗਾ। ਦਸੀ ਦਸੀ ਦੀ ਸ਼ਰਤ ਲਾ ਕੇ ਬਾਬਾ ਜੀ ਨੇ ਇਹਨਾਂ ਖੇਤਾਂ ਦੇ ਵਿੱਚ 5 ਵਾਰੀ ਲੁਕਣ ਮਿੱਚੀ ਖੇਡੇ ਸੀ, ਅਲੋਪ ਹੋ ਜਾਣਾ ਲੱਭਣਾ ਹੀ ਨਾ, ਜਦੋਂ ਹਾਰ ਮੰਨ ਲੈਣੀ ਤਾਂ ਸਾਹਮਣੇ ਪ੍ਰਤੱਖ ਦਰਸ਼ਨ ਦੇ ਦੇਣੇ। ਇਹ ਬਾਬਾ ਹੰਸਰਾਜ ਜੀ ਦਾ ਲੁਕਣ ਮਚਾਈ ਸਥਾਨ ਹੈ ਜਿੱਥੇ ਤੁਸੀਂ ਆ ਕੇ ਸਭ ਤੋਂ ਪਹਿਲਾਂ ਸੀਸ ਨੂੰ ਨਿਭਾਇਆ। ਉਸ ਤੋਂ ਬਾਅਦ ਸਾਹਮਣੇ ਜਿੱਥੇ ਤੁਸੀਂ ਗਏ ਹੋ ਉੱਥੇ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦੇ ਔਰ ਸਤਿਕਾਰਯੋਗ ਪੂਜਨੀਏ ਪਿਤਾ ਸ਼੍ਰੀਮਾਨ ਸੰਤ ਬਾਬਾ ਮਹਿੰਦਰਪਾਲ ਮਹਾਰਾਜ ਜੀ ਦੇ ਪੂਜਨੀਕ ਮਾਤਾ ਔਰ ਪਿਤਾ ਬਾਬਾ ਪ੍ਰੀਤਮ ਦਾਸ ਜੀ ਅਤੇ ਮਾਤਾ ਦਲੀਪ ਕੌਰ ਜੀ ਦੇ ਉੱਥੇ ਸਾਹਮਣੇ ਉਹਨਾਂ ਦਾ ਆਪਣੇ ਥੜਾ ਸਾਹਿਬ ਜਿਹੜਾ ਉਹਨਾਂ ਦਾ ਅੰਗੀਠਾ ਸਾਹਿਬ ਆ ਉੱਥੇ ਤੁਸੀਂ ਮੱਥਾ ਟੇਕਿਆ। ਉਸ ਤੋਂ ਬਾਅਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਯਾਦ ਨੂੰ ਸਮਰਪਿਤ ਪੰਜਾਬ ਦੀ ਧਰਤੀ 'ਤੇ ਜੇ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂਆਂ ਦੇ ਨਾਮ 'ਤੇ ਵੱਡੇ ਵੱਡੇ ਤੀਰਥ ਸਥਾਨ ਸਰੋਵਰ ਬਣੇ ਹੋਏ ਆ, ਪਰ ਸਾਡੇ ਸਤਿਗੁਰੂ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਪੰਜਾਬ ਦੀ ਧਰਤੀ 'ਤੇ ਪਿੰਡ ਪਾਂਡਵੇ ਦੇ ਵਿੱਚ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦਾ ਸੁਪਨਾ ਸੀ, ਅਤੇ ਪੈਸਾ ਤੁਹਾਡਾ ਸੰਗਤਾਂ ਦਾ, ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਮਹਾਰਾਜ ਦੀ ਯਾਦ ਦੇ ਵਿੱਚ ਇਹ ਪਹਿਲਾ ਸਰੋਵਰ ਬਣਿਆ ਆ ਜਿੱਥੇ ਕਿ ਸ਼੍ਰੀ ਗੁਰੂ ਰਵਿਦਾਸ ਮਾਘੀ ਮੇਲਾ ਔਰ ਸ਼੍ਰੀ ਗੁਰੂ ਰਵਿਦਾਸ ਵਿਸਾਖੀ ਮੇਲਾ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਔਰ 12 ਇਤਿਹਾਸਕ ਤੀਰਥ ਸਥਾਨਾਂ ਤੋਂ ਅੰਮ੍ਰਿਤ ਕਲਸ਼ ਲਿਆ ਕੇ ਇਸ ਪਾਵਨ ਸਰੋਵਰ ਦੇ ਵਿੱਚ ਭੇਟਾ ਕੀਤਾ ਗਿਆ। ਜੇਕਰ ਤੁਸੀਂ ਗੁਰੂ ਰਵਿਦਾਸ ਮਹਾਰਾਜ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ ਜਾਂ 5 ਇਸ਼ਨਾਨਾਂ ਕਰਦੇ ਹਾਂ ਨਾ, ਤਾਂ ਤੁਸੀਂ ਇਹ ਸਮਝਣਾ ਕਿ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਰੋਵਰ ਦੇ ਵਿੱਚ ਅੱਜ 12 ਇਤਿਹਾਸਕ ਤੀਰਥ ਸਥਾਨਾਂ ਦੇ ਇਸ਼ਨਾਨ ਕਰਕੇ ਚੱਲੇ ਹਾਂ ਜਾਂ 5 ਇਸ਼ਨਾਨ ਕਰਕੇ ਚੱਲੇ ਹਾਂ। 12 ਤੀਰਥ ਸਥਾਨ ਕਿਹੜੇ ਕਿਹੜੇ ਸੀ? ਕਾਸ਼ੀ ਬਨਾਰਸ, ਉੱਥੋਂ ਬੱਲਾ ਵਾਲੇ ਸੰਤ ਅੰਮ੍ਰਿਤ ਕਲਸ਼ ਲੈ ਕੇ ਆਏ। ਹਰਿਦੁਆਰ ਹਰ ਕੀ ਪੌੜੀ ਤੋਂ ਅੰਮ੍ਰਿਤ ਕਲਸ਼ ਆਇਆ, ਖੁਰਾਲਗੜ੍ਹ ਸਾਹਿਬ ਤੋਂ ਅੰਮ੍ਰਿਤ ਕਲਸ਼ ਆਇਆ, ਫਗਵਾੜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਚੱਕ ਹਕੀਮ 70 ਦਿਨ ਠਹਿਰੇ ਸੀ, ਉੱਥੋਂ ਅੰਮ੍ਰਿਤ ਕਲਸ਼ ਆਇਆ। ਚੌਂ ਬਰਨਾ ਕੋ ਸਾਂਝਾ ਉਪਦੇਸ਼ ਦਰਬਾਰ ਸਾਹਿਬ ਤੋਂ ਅੰਮ੍ਰਿਤ ਕਲਸ਼ ਆਇਆ, ਭਗਵਾਨ ਵਾਲਮੀਕ ਰਾਮ ਤੀਰਥ ਤੋਂ ਦੁਰਗਿਆਨਾ ਮੰਦਿਰ ਤੋਂ ਅੰਮ੍ਰਿਤ ਕਲਸ਼ ਆਇਆ,
ਦੇਰਾ ਬਾਬਾ ਬੜਪਾਕ ਸਿੰਘ ਜੀ ਮੈੜੀ ਸਾਹਿਬ ਤੋਂ ਅੰਮ੍ਰਿਤ ਕਲਸ਼ ਆਇਆ, ਇਲਾਹਾਬਾਦ ਤਰਵਾਣੀ ਤੋਂ ਅੰਮ੍ਰਿਤ ਕਲਸ਼ ਆਇਆ, ਕੀਰਤਪੁਰ ਸਾਹਿਬ ਤੋਂ ਅੰਮ੍ਰਿਤ ਕਲਸ਼ ਆਇਆ, ਪੰਜਾਬ ਦੇ ਆਪਣੇ ਦੋ ਪ੍ਰਸਿੱਧ ਦਰਿਆ ਸਤਲੁਜ ਤੇ ਬਿਆਸ ਉੱਥੋਂ ਅੰਮ੍ਰਿਤ ਕਲਸ਼ ਆਇਆ, ਝੰਡੀ ਪੀਰ ਕੜਿਆਣੇ ਤੋਂ ਅੰਮ੍ਰਿਤ ਕਲਸ਼ ਆਇਆ। ਇਸੇ ਤਰ੍ਹਾਂ 12 ਇਤਿਹਾਸਕ ਤੀਰਥ ਸਥਾਨਾਂ ਦਾ ਜਿਹੜਾ ਅੰਮ੍ਰਿਤ ਜਲ ਸੀ, ਔਰ 13ਵਾਂ ਅੰਮ੍ਰਿਤ ਜਲ ਜਿਹੜਾ ਜਦੋਂ 22 ਅਗਸਤ 2004 ਨੂੰ ਸਰੋਵਰ ਸਾਹਿਬ ਦਾ ਉਦਘਾਟਨ ਕੀਤਾ ਸੀ, ਗੁਰੂ ਘਰ ਦੀਆਂ ਸੰਗਤਾਂ ਵੱਲੋਂ 42 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਸੀ, ਉਹਨਾਂ ਦਾ ਜਿਹੜਾ ਅੰਮ੍ਰਿਤ ਕਲਸ਼ ਸੀਗਾ ਉਹ 13 ਅੰਮ੍ਰਿਤ ਕਲਸ਼ ਫਗਵਾੜੇ ਤੋਂ ਵਿਸ਼ਾਲ ਸ਼ੋਭਾ ਯਾਤਰਾ ਚੱਲੀ ਸੀ ਇਸ ਪਿੰਡ ਪਾਂਡਵੇ ਦੀ ਧਰਤੀ 'ਤੇ ਆ ਕੇ। ਸਾਰਿਆਂ ਮਹਾਂਪੁਰਸ਼ਾਂ ਨੇ 13 ਅੰਮ੍ਰਿਤਮਈ ਕਲਸ਼ ਸਰੋਵਰ ਦੇ ਵਿੱਚ ਭੇਟਾ ਕਰਕੇ ਔਰ ਸਰੋਵਰ ਦਾ ਉਦਘਾਟਨ ਕੀਤਾ ਸੀ। ਉਸ ਦਿਨ 3 ਲੱਖ ਸੰਗਤ ਦਾ ਇਕੱਠ ਸੀ ਔਰ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ ਸੀ। ਸ਼੍ਰੀ ਗੁਰੂ ਰਵਿਦਾਸ ਮਾਡਲ ਸਕੂਲ ਵਿੱਚੇ ਹੀ ਚੱਲ ਰਿਹਾ ਆ, ਜਿੱਥੇ ਕਿ ਲਗਭਗ 300 ਦੇ ਕਰੀਬ ਬੱਚਾ ਪੜ੍ਹ ਰਿਹਾ ਆ। ਬਾਬਾ ਜੀ ਹਰ ਮਹੀਨੇ ਜਿੱਦਾਂ ਤੁਸੀਂ ਸੰਗਤਾਂ ਹੁਣ ਆਈਆਂ ਆ, ਹਰ ਰੋਜ਼ ਸੰਗਤਾਂ ਆਉਂਦੀਆਂ ਜਾਂਦੀਆਂ ਆ, ਬਾਬਾ ਜੀ ਦੇ ਗੋਲਕ ਦੇ ਵਿੱਚ ਜੋ ਵੀ ਸੇਵਾ ਪੈਂਦੀ ਆ, 100, 50, 10 ਉਹ ਜਿਹੜੀ ਸੇਵਾ ਆ ਬਾਬਾ ਜੀ ਪ੍ਰਤੀ ਮਹੀਨਾ ਬੱਚਿਆਂ ਦੀ ਸਕੂਲ ਦੇ ਸੇਵਾ ਸਕੂਲ 'ਚ ਦਿੰਦੇ ਆ। ਸੋ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਅੱਜ ਇਹ ਦਰਸ਼ਨ ਕਰਾ ਦਿੱਤੇ ਆ। ਇੱਥੇ ਵੱਡੇ ਸਮਾਗਮ ਹੁੰਦੇ ਆ, ਇਹ ਵੱਡਾ ਹਾਲ ਬਣਿਆ ਆ, ਇਹ ਇੱਕ ਜਿਹੜਾ ਹਾਲ ਆ ਇਹ ਸੰਗਤਾਂ ਵਾਸਤੇ ਆ, ਜਦੋਂ ਫਿਰ ਮੇਲਾ ਹੁੰਦਾ ਉਦੋਂ ਇੱਥੇ ਮਹਾਰਾਜ ਦੀ ਬਾਣੀ ਦੇ ਪਾਠ ਵੀ ਚੱਲਦੇ ਆ। ਪਿਛਲੀ ਸਾਈਡ ਉਹ ਵੱਡਾ ਹਾਲ ਬਣਿਆ ਹੈਗਾ ਆ, ਇਹ ਇੱਧਰ ਜਾਣੀ ਤੁਸੀਂ ਸਾਰੇ ਦਰਸ਼ਨ ਕੀਤੇ ਆ ਅਤੇ ਹੁਣ ਆਪਾਂ